ਓਨਟਾਰੀਓ ਦੀ ਕਲੇਰੇਨਸ ਰੋਕਲੈਂਡ ਮਿਊਂਸਪੈਲਿਟੀ ਵਿੱਚ ਪੈਂਦੇ ਪਿੰਡ ਬੂਜੇ ਵਿੱਚ ਹੋਈ ਸ਼ੂਟਿੰਗ ਦੌਰਾਨ ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਦੇ ਇੱਕ ਅਫਸਰ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਨੇ। ਦੱਸ ਦਈਏ ਕਿ OPP ਦੇ ਕਮਿਸ਼ਨਰ ਥੌਮਸ ਕੈਰਿਕ ਦੇ ਅਨੁਸਾਰ ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਸਾਰਜੈਂਟ ਐਰਿਕ ਮਿਊਲਰ ਵਜੋਂ ਹੋਈ ਹੈ ਤੇ OPP ਅਨੁਸਾਰ ਵੀਰਵਾਰ ਸਵੇਰੇ 2 ਵਜੇ ਬੂਜੇ ਦੀ ਲਵੇਲ ਸਟਰੀਟ ਤੇ ਸਥਿਤ ਇੱਕ ਘਰ ਦੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਦੇ ਮੁਤਾਬਕ ਜਦੋਂ ਤਿੰਨੇ ਪੁਲਿਸ ਅਧਿਕਾਰੀ ਉਸ ਘਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਗੋਲੀ ਮਾਰ ਦਿੱਤੀ ਗਈ। ਉਹਨਾਂ ਨੂੰ ਓਟਵਾ ਦੇ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਇੱਕ ਅਧਿਕਾਰੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਪੁਲਿਸ ਕਰਮੀ ਜੇਰੇ ਇਲਾਜ ਹਨ, ਪਰ ਉਹਨਾਂ ਦੀ ਸਥਿਤੀ ਬਾਰੇ ਵੇਰਵੇ ਨਹੀਂ ਦਿੱਤੇ ਗਏ ਨੇ। ਪੁਲਿਸ ਦੇ ਮੁਤਾਬਕ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਆਮ ਜਨਤਾ ਦੇ ਲਈ ਕੋਈ ਵੀ ਖਤਰਾ ਹੁਣ ਨਹੀਂ ਰਿਹਾ। ਇਸ ਮਾਮਲੇ ਦੇ ਵਿੱਚ ਓਟਵਾ ਪੁਲਿਸ ਦੇ ਅਫਸਰ ਵੀ ਸਹਾਇਤਾ ਕਰ ਰਹੇ ਹਨ। ਓਨਟਾਰੀਓ ਪ੍ਰੀਮੀਅਰ ਡਰਗ ਫੋਰਡ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ 'ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਨੇ। ਦੱਸ ਦਈਏ ਕਿ OPP ਦੇ ਮੁਤਾਬਕ ਵੀਰਵਾਰ ਨੂੰ ਸਵੇਰੇ 2 ਵਜੇ ਬੂਜੇ ਦੀ ਲਵੇਲ ਸਟਰੀਟ 'ਤੇ ਸਥਿਤ ਇੱਕ ਘਰ ਦੇ ਵਿੱਚ ਜਦੋਂ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਅਤੇ ਜਦੋਂ ਹੀ ਤਿੰਨੇ ਪੁਲਿਸ ਅਧਿਕਾਰੀ ਉਸ ਘਰ ਦੇ ਵਿੱਚ ਦਾਖਲ ਹੋਏ ਤਾਂ ਉਹਨਾਂ ਦੇ ਉੱਤੇ ਵੀ ਗੋਲੀ ਚਲਾ ਦਿੱਤੀ ਗਈ, ਯਾਨੀ ਕਿ ਉਹਨਾਂ ਦੇ ਉੱਤੇ ਗੋਲੀਬਾਰੀ ਕੀਤੀ ਗਈ ਅਤੇ ਉਹਨਾਂ ਨੂੰ ਓਟਵਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਜਿੱਥੇ ਇੱਕ ਅਧਿਕਾਰੀ ਦੀ ਮੌਤ ਹੋ ਗਈ ਅਤੇ 2 ਹੋਰ ਪੁਲਿਸ ਕਰਮੀ ਜ਼ਖਮੀ ਹੋ ਗਏ ਜੋ ਕਿ ਜੇਰੇ ਇਲਾਜ ਹਨ ਅਤੇ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਥਿਤੀ ਬਾਰੇ ਹਾਲੇ ਕੋਈ ਵੀ ਵੇਰਵੇ ਸਾਫ਼ ਤੌਰ 'ਤੇ ਉੱਤੇ ਨਹੀਂ ਦੱਸੇ ਗਏ, ਬਲਕਿ ਇੰਨਾ ਦੱਸ ਦਿੱਤਾ ਗਿਆ ਹੈ ਕਿ ਇਹਨਾਂ ਅਧਿਕਾਰੀਆਂ ਦੇ ਵਿੱਚੋਂ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਚੁੱਕੀ ਹੈ ਅਤੇ 2 ਜ਼ਖਮੀ ਪੁਲਿਸ ਕਰਮੀ ਜੇਰੇ ਇਲਾਜ ਨੇ। ਦੱਸ ਦਈਏ ਕਿ ਓਨਟਾਰੀਓ ਦੀ ਕਲੇਰੇਨਸ ਰੋਕਲੈਂਡ ਮਿਊਂਸਪੈਲਿਟੀ ਦੇ ਵਿੱਚ ਪੈਂਦੇ ਪਿੰਡ ਇਹ ਸ਼ੂਟਿੰਗ ਹੋਈ ਸੀ। ਪੈਚ ਇਹ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਜਿੱਥੇ ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਦੇ ਇੱਕ ਅਫਸਰ ਦੀ ਮੌਤ ਹੋ ਗਈ ਹੈ, ਜਦਕਿ 2 ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਨੇ। OPP ਦੇ ਕਮਿਸ਼ਨਰ ਥੌਮਸ ਕੈਰਿਕ ਦੇ ਮੁਤਾਬਕ ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਸਾਰਜੈਂਟ ਐਰਿਕ ਮਿਊਲਰ ਵਜੋਂ ਹੋਈ ਹੈ ਅਤੇ ਹੁਣ ਓਨਟਾਰੀਓ ਪ੍ਰੀਮੀਅਰ ਡਰਗ ਫੋਰਡ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਘਟਨਾ 'ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਆਪਣੀਆਂ ਸੰਵੇਦਨਾਵਾਂ ਭੇਜੀਆਂ ਗਈਆਂ ਨੇ। ਬਿਊਰੋ ਰਿਪੋਰਟ, TVN ਰਾਏ।